ਅਨੰਦਪੁਰ ਸਾਹਿਬ ਤੋਂ ਲੜ ਰਹੇ ਹੋ ਜੀ, ਕਿਹਨੂੰ ਆਪਣਾ ਵਿਰੋਧੀ ਦੇਖਦੇ ਹੋ, ਕਿਹਦੇ ਨਾਲ ਤੁਹਾਡੀ ਲੜਾਈ ਰਹੂਗੀ? ਜਿਹਦੀ ਅਣਖ ਤੇ ਗੈਰਤ ਹੈ ਨਹੀਂ ਉਹ ਭਾਵੇਂ ਪੰਜਾਬ ਦੇ ਐਂਟੀ ਜਾਵੇ, ਅੱਜ ਪੰਜਾਬ ਦੀ ਅਣਖ ਗੈਰਤ ਦੀ ਲੜਾਈ ਜੇ ਕੋਈ ਲੜ ਰਿਹਾ ਤਾਂ ਸ਼ਰਮ ਨਹੀਂ ਅਕਾਲੀ ਦਾ ਲੜ ਰਿਹਾ। ਪੰਜਾਬ ਨੂੰ ਮਿੱਟੀ 'ਚ ਮਿਲਾਤਾ ਪੰਜਾਬ ਦੇ, ਪੰਜਾਬ ਨੇ ਕਦੇ ਇੰਨੀ ਬੇਇੱਜ਼ਤੀ ਨਹੀਂ ਸਾਈ ਜਿੰਨੀ ਬੇਇੱਜ਼ਤੀ ਪੰਜਾਬ ਦੀ ਸ਼ੰਭੂ ਅਤੇ ਖਨੌਲੀ ਬਾਰਡਰ 'ਤੇ ਹੋਊਗੀ। ਪਾਰਟੀ ਵਾਲੇ ਸਾਡੇ ਜਿਹੜੇ ਮੁਖੀ ਨੇ, ਮੁੱਖ ਮੰਤਰੀ ਪੰਜਾਬ, ਇਹ ਦਿੱਲੀ ਦੇ ਇੰਨੇ ਹੇਠਾਂ ਲੱਗ ਗਏ, ਦਿੱਲੀ 'ਤੇ ਇੰਨੇ ਸਹਿਮ ਝਾ ਗਏ, ਡਰ ਗਏ ਕਿ ਦਿੱਲੀ ਵਾਲਿਆਂ ਨੇ ਡਰਾ ਲਿਆ ਵੀ ਤੇਰੇ ਨਾਲ ਕੇਜਰੀਵਾਲ ਵਾਲੀ ਹੋਏਗੀ। ਔਰ ਕਾਂਗਰਸ ਵਾਲਿਆਂ ਨੇ ਵੀ ਆਪਣੀ ਜੇ ਸਾਂਝ ਕਿਤੇ ਹਰਿਆਣੇ 'ਚ ਨਾ ਟੁੱਟ ਜੇ, ਦਿੱਲੀ 'ਚ ਨਾ ਟੁੱਟ ਜੇ, ਇੱਥੇ ਚੰਡੀਗੜ੍ਹ 'ਚ ਨਾ ਟੁੱਟ ਜੇ, ਵੀ ਅੱਖਾਂ ਹੀ ਮੀਚ ਕੇ ਰੱਖੀਆਂ। ਵਿਰੋਧੀ ਧਿਰ ਅਤੇ ਸੱਤਾ ਧਿਰ ਇਕੱਠੇ ਹੋ ਗਏ, ਚੋਰ ਅਤੇ ਕੁੱਤੀ ਰਲ ਗਏ, ਤਾਂ ਹੀ ਤਾਂ ਪੰਜਾਬ ਦੀ ਬਰਬਾਦੀ ਤਬਾਹੀ ਹੋਈ ਆ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ, ਉਹ ਕਹਿੰਦੇ ਲੋਕਾਂ ਨੇ ਅਕਾਲੀ ਦਲ ਨੂੰ ਮਿੱਟੀ 'ਚ ਮਿਲਾਇਆ, ਪੰਜਾਬ ਮਿੱਟੀ 'ਚ ਨਹੀਂ ਮਿਲਿਆ, ਅਸੀਂ ਤਾਂ ਪੰਜਾਬ ਦੇ ਰਾਖੇ ਹਾਂ ਜੀ, ਉਹ ਤਾਂ ਅਸੀਂ ਦਾਅਵਾ ਕਰਦੇ। ਪੰਜਾਬ ਦੇ ਰਾਖੇ ਹੁੰਦੇ ਤਾਂ ਪੰਜਾਬੀਆਂ ਨੂੰ ਸ਼ੰਭੂ ਬਾਰਡਰ 'ਤੇ ਨਾ ਕਟਾਉਂਦੇ, ਪੰਜਾਬ ਦੇ ਨੌਜਵਾਨ ਕਿਸਾਨਾਂ ਦੀਆਂ ਅੱਖਾਂ ਨਾ ਕੱਢਦੇ, ਸਿਰ ਨਾ ਪਾੜਦੇ, ਅਤੇ ਇਹ ਤਾਂ FIR ਨਹੀਂ ਲਿਖਾ ਸਕੇ, ਕਾਹਦੇ ਰਾਖੇ ਹੋਏ ਪੰਜਾਬ ਦੇ? ਜੇ ਕਾਲੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸੇ ਦੀ ਵੋਟ ਪਈ ਆ ਤਾਂ ਸਿਰਫ ਦੋ ਵੋਟਾਂ ਅਕਾਲੀਆਂ ਦੀਆਂ ਪਈਆਂ, ਦੇਸ਼ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਵੋਟ ਨਾ ਕਾਲੇ ਕਾਨੂੰਨਾਂ ਦੇ ਵਿਰੁੱਧ ਨਹੀਂ ਪਈ। ਵੀ ਕਹਿੰਦੇ ਜੀ ਅਜੇ ਵੀ ਅਲਾਇੰਸ ਹੈ ਜੀ BJP ਦੇ ਨਾਲ ਅੰਦਰ ਖਾਤੇ, ਕਹਿੰਦੇ ਵੀ ਚੰਡੀਗੜ੍ਹ ਦੀ ਸੀਟ ਨਹੀਂ ਦੇ ਸਕੇ, ਇੰਨੀ ਵੱਡੀ ਪਾਰਟੀ ਹੋਵੇ ਚੰਡੀਗੜ੍ਹ 'ਚ ਇੱਕ ਸੀਟ ਨਹੀਂ ਦੇ ਸਕੇ, ਜਿਹੜੀ ਦਿੱਤੀ ਉਹ ਮੁੱਕਰ ਗਏ। ਕਾਰਡ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ, ਇੱਕ ਵਾਰੀ ਝੂਠ ਦੀ ਦੁਕਾਨ ਚੱਲ ਲਈ ਪਰ ਹੁਣ ਝੂਠ ਨੰਗਾ ਹੋ ਗਿਆ। ਹੁਣ 13-0 ਦਾ ਜੀ, 13-0 ਤਾਂ ਜੀਰੋ ਇਹਨਾਂ ਨੂੰ ਮਿਲੂਗੀ, 13 ਸਾਨੂੰ ਮਿਲਣਗੀਆਂ। ਕਿਸਾਨ ਮਰਾਏ ਦਿੱਲੀ ਵਾਲਿਆਂ ਤੋਂ ਅਤੇ ਜਵਾਨ ਕੁੱਟੇ ਆਪਣੀ ਅੱਖਾਂ ਦੇ ਸਾਹਮਣੇ। ਬੇਅਦਬੀ ਦੇ ਇਨਸਾਫ ਦੀ ਗੱਲ ਆਉਂਦੀ ਹੈ ਜੀ, ਉਹਨੂੰ ਲੈ ਕੇ ਪਿੱਛੇ ਵੀ ਬਹੁਤ ਨੁਕਸਾਨ ਅਕਾਲੀ ਦਲ ਨੂੰ ਝੱਲਣਾ ਪਿਆ ਜੀ। 5 ਸਾਲ ਜਿਹੜੇ ਕਾਂਗਰਸੀ ਰੌਲਾ ਪਾਉਂਦੇ ਸੀ, 5 ਸਾਲ ਉਹਨਾਂ ਦਾ ਰਾਜ ਰਿਹਾ, ਦੱਸੋ ਕਿਹੜੇ ਬੇਅਦਬੀ ਵਾਲੇ ਮੁਲਜ਼ਮ ਨੂੰ ਫੜਿਆ ਉਹਨਾਂ ਨੇ ਅੰਦਰ ਕੀਤਾ, ਅੱਜ 2 ਸਾਲ ਤੋਂ ਉੱਤੇ ਇਹਨਾਂ ਦਾ ਰਾਜ ਆ ਗਿਆ, ਇਹਨਾਂ ਨੇ ਦੱਸੋ ਕਿਹਨੂੰ ਫੜਿਆ? ਹੁਣ ਮੈਨੂੰ ਪਤਾ ਮੇਰੇ 'ਤੇ 2 ਵਾਰੀ NSA ਲੱਗਿਆ, ਟੌੜਾ ਸਾਹਿਬ ਅਤੇ ਬਾਦਲ ਸਾਹਿਬ ਤੋਂ ਬਾਅਦ ਜੇ ਕਿਸੇ 'ਤੇ NSA ਲੱਗਿਆ 2 ਵਾਰ ਲਗਾਤਾਰ ਮੇਰੇ 'ਤੇ ਲੱਗਿਆ, ਅਤੇ ਮੇਰਾ NSA ਪੀਰੀਅਡ ਪੂਰਾ ਹੋ ਗਿਆ, ਮੈਨੂੰ ਰਿਹਾ ਕਰਤਾ, 15 ਦਿਨਾਂ ਬਾਅਦ ਮੇਰੇ 'ਤੇ ਦੁਬਾਰਾ ਲਾਤਾ, ਮੈਨੂੰ ਪਤਾ ਕਿੰਨੀ ਤਕਲੀਫ ਹੁੰਦੀ ਆ। ਬਲਟੋਹਾ ਸਾਹਿਬ ਬਾਰੇ ਕਿ ਲੋਕ ਕਹਿੰਦੇ ਫਿਰ ਉਹ ਸੀਟ ਕਾਹਤੋਂ ਨਹੀਂ ਛੱਡ ਦਿੰਦੇ ਜੀ, ਜੇ ਤੁਸੀਂ ਹੱਕ ਦੇ ਵਿੱਚ ਹੀ ਹੋ ਅੰਮ੍ਰਿਤਪਾਲ ਹੋਰਾਂ? ਲੋਕ ਸਭਾ ਚੋਣਾਂ 2024 ਇਸ ਸਮੇਂ ਪੂਰੇ ਜ਼ੋਰਾਂ ਦੇ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ, ਹਰ ਪਾਰਟੀ ਦੇ ਵੱਲੋਂ ਜ਼ੋਰ ਲਾਇਆ ਜਾ ਰਿਹਾ। ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਇਸ ਲੋਕ ਸਭਾ ਚੋਣ ਦੇ ਵਿੱਚ ਉਮੀਦਵਾਰ ਦੇ ਵਜੋਂ ਆਪਣੀ ਕਿਸਮਤ ਅਜਮਾ ਰਹੇ ਆ, ਲੋਕਾਂ ਦੇ ਵਿੱਚ ਆ ਰਹੇ ਆ, ਚੋਣ ਪ੍ਰਚਾਰ ਕੀਤਾ ਜਾ ਰਿਹਾ, ਅੱਜ ਨੋਮੀਨੇਸ਼ਨ ਫਾਈਲ ਕੀਤਾ ਗਿਆ, ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੇਖਦੇ ਆ ਲੋਕ ਸਭਾ ਉਮੀਦਵਾਰ। ਤੁਸੀਂ ਅਨੰਦਪੁਰ ਸਾਹਿਬ ਤੋਂ ਲੜ ਰਹੇ ਹੋ ਜੀ, ਕਿਹਨੂੰ ਆਪਣਾ ਵਿਰੋਧੀ ਦੇਖਦੇ ਹੋ, ਕਿਹਦੇ ਨਾਲ ਤੁਹਾਡੀ ਲੜਾਈ ਰਹੂਗੀ? ਦੇਖੋ ਜਦੋਂ ਸਵਾਲ ਇੱਜ਼ਤ ਦਾ ਹੋਵੇ, ਅਣਖ ਦਾ ਹੋਵੇ, ਗੈਰ ਦਾ ਹੋਵੇ, ਗੌਰਵ ਦਾ ਹੋਵੇ, ਉਦੋਂ ਫਿਰ ਮੁਕਾਬਲੇ 'ਚ ਕੋਈ ਹੁੰਦਾ ਨਹੀਂ, ਕਿਉਂਕਿ ਜਿਹੜਾ ਵੀ ਇਨਸਾਨ ਆ, ਚਾਹੇ ਕਹਿ ਲਓ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਪੰਜਾਬ ਦਾ ਖਾਧਾ ਪੀਤਾ, ਹੰਢਾਇਆ, ਉਹ ਪੰਜਾਬ ਦਾ ਮਤਲਬ ਪੱਖ ਰਹੇਗਾ। ਜਿਹਦੀ ਅਣਖ ਤੇ ਗੈਰਤ ਹੈ ਨਹੀਂ ਉਹ ਭਾਵੇਂ ਪੰਜਾਬ ਦੇ ਐਂਟੀ ਜਾਵੇ, ਅੱਜ ਪੰਜਾਬ ਦੀ ਅਣਖ ਗੈਰਤ ਦੀ ਲੜਾਈ ਜੇ ਕੋਈ ਲੜ ਰਿਹਾ ਤਾਂ ਸ਼ਰਮ ਨਹੀਂ ਅਕਾਲੀ ਦਾ ਲੜ ਰਿਹਾ, ਕਿਉਂਕਿ ਪੰਜਾਬ ਦੀ ਤਹੀਨ ਕਰਤੀ, ਪੰਜਾਬ ਨੂੰ ਮਿੱਟੀ 'ਚ ਮਿਲਾਤਾ ਪੰਜਾਬ ਦੇ, ਪੰਜਾਬ ਨੇ ਕਦੇ ਇੰਨੀ ਬੇਇੱਜ਼ਤੀ ਨਹੀਂ ਸਾਈ ਜਿੰਨੀ ਬੇਇੱਜ਼ਤੀ ਪੰਜਾਬ ਦੀ ਸ਼ੰਭੂ ਅਤੇ ਖਨੌਲੀ ਬਾਰਡਰ 'ਤੇ ਹੋਊਗੀ। ਔਰ ਦੁੱਖ ਇਸ ਗੱਲ ਦਾ ਕਿ ਆਪ ਪਾਰਟੀ ਵਾਲੇ ਸਾਡੇ ਜਿਹੜੇ ਮੁਖੀ ਨੇ, ਮੁੱਖ ਮੰਤਰੀ ਪੰਜਾਬ, ਇਹ ਦਿੱਲੀ ਦੇ ਇੰਨੇ ਹੇਠਾਂ ਲੱਗ ਗਏ, ਦਿੱਲੀ 'ਤੇ ਇੰਨੇ ਸਹਿਮ ਝਾ ਗਏ, ਡਰ ਗਏ
ਕਿ ਦਿੱਲੀ ਵਾਲਿਆਂ ਨੇ ਡਰਾ ਲਿਆ ਵੀ ਤੇਰੇ ਨਾਲ ਕੇਜਰੀਵਾਲ ਵਾਲੀ ਹੋਏਗੀ। ਉਹੀ ਸ਼ਰਾਬ ਦੀ ਪੋਲਿਸੀ ਦਿੱਲੀ ਆ, ਉਹੀ ਪੰਜਾਬ 'ਚ ਆ, ਅਤੇ ਇਹ ਬਾਹਰ ਫਿਰਦੇ ਆ, ਉਹ ਅੰਦਰ ਆ ਕੇਜਰੀਵਾਲ। ਅਤੇ ਮਤਲਬ ਸਿਰਫ ਪੰਜਾਬ ਦੇ ਲੋਕਾਂ ਨੂੰ ਕੁੱਟਣ ਦੀ ਦਲਾਲੀ ਬਦਲੇ ਬਾਹਰ ਘੁੰਮ ਰਹੇ ਨੇ, ਸੌਦੇਬਾਜ਼ੀ ਕਰ ਰਹੇ ਨੇ। ਔਰ ਕਾਂਗਰਸ ਵਾਲਿਆਂ ਨੇ ਵੀ ਆਪਣੀ ਜੇ ਸਾਂਝ ਕਿਤੇ ਹਰਿਆਣੇ 'ਚ ਨਾ ਟੁੱਟ ਜੇ, ਦਿੱਲੀ 'ਚ ਨਾ ਟੁੱਟ ਜੇ, ਇੱਥੇ ਚੰਡੀਗੜ੍ਹ 'ਚ ਨਾ ਟੁੱਟ ਜੇ, ਵੀ ਅੱਖਾਂ ਹੀ ਮੀਚ ਕੇ ਰੱਖੀਆਂ। ਐਡਾ ਜ਼ੁਲਮ ਹੋਇਆ, ਐਡਾ ਅਨਿਆਂ ਹੋਇਆ, ਅਤੇ ਕਾਂਗਰਸੀ ਅੱਖਾਂ ਮੀਚ ਕੇ ਸਾਰਾ ਕੁਝ ਜਰਦੇ ਰਹੇ। ਵਿਰੋਧੀ ਧਿਰ ਦਾ ਰੋਲ ਹੀ ਨਿਭਾਇਆ, ਬਲਕਿ ਵਿਰੋਧੀ ਧਿਰ ਅਤੇ ਸੱਤਾ ਧਿਰ ਇਕੱਠੇ ਹੋ ਗਏ, ਚੋਰ ਅਤੇ ਕੁੱਤੀ ਰਲ ਗਏ, ਤਾਂ ਹੀ ਤਾਂ ਪੰਜਾਬ ਦੀ ਬਰਬਾਦੀ ਤਬਾਹੀ ਹੋਈ ਆ। ਸੋ ਇਸ ਕਰਕੇ ਕੇਵਲ ਅਤੇ ਕੇਵਲ ਪੰਜਾਬ ਦੇ ਹੱਕਾਂ ਲਈ ਕਿਸੇ ਨੇ ਆਵਾਜ਼ ਮਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ, ਉਹ ਕਹਿੰਦੇ ਲੋਕਾਂ ਨੇ ਅਕਾਲੀ ਦਲ ਨੂੰ ਮਿੱਟੀ 'ਚ ਮਿਲਾਇਆ, ਪੰਜਾਬ ਮਿੱਟੀ 'ਚ ਨਹੀਂ ਮਿਲਿਆ, ਅਸੀਂ ਤਾਂ ਪੰਜਾਬ ਦੇ ਰਾਖੇ ਹਾਂ ਜੀ, ਉਹ ਤਾਂ ਅਸੀਂ ਦਾਅਵਾ ਕਰਦੇ। ਪੰਜਾਬ ਦੇ ਰਾਖੇ ਹੁੰਦੇ ਤਾਂ ਪੰਜਾਬੀਆਂ ਨੂੰ ਸ਼ੰਭੂ ਬਾਰਡਰ 'ਤੇ ਨਾ ਕਟਾਉਂਦੇ, ਪੰਜਾਬ ਦੇ ਨੌਜਵਾਨ ਕਿਸਾਨਾਂ ਦੀਆਂ ਅੱਖਾਂ ਨਾ ਕੱਢਦੇ, ਸਿਰ ਨਾ ਪਾੜਦੇ, ਅਤੇ ਇਹ ਤਾਂ FIR ਨਹੀਂ ਲਿਖਾ ਸਕੇ। ਕਾਹਦੇ ਰਾਖੇ ਹੋਏ ਪੰਜਾਬ ਦੇ? ਤੁਹਾਡੇ ਘਰ ਦੇ ਵਿੱਚ ਤੁਹਾਡੀ ਮਾਂ ਨੂੰ ਕੁੱਟ ਜੇ ਕੋਈ, ਤੁਹਾਡੇ ਭਰਾਵਾਂ ਨੂੰ ਮਾਰ ਜੇ ਕੋਈ, ਤੁਹਾਡਾ ਸਮਾਨ ਤੋੜ ਦੇ ਕੋਈ, ਤੁਸੀਂ FIR ਤੱਕ ਨਾ ਲਿਖਾ ਸਕੋ? ਮਤਲਬ ਇਹਨਾਂ ਨੇ ਤਾਂ ਜਿੰਨੀ ਨਲਾਇਕੀ ਕੀਤੀ ਆ, ਮੈਂ ਕਹਿ ਸਕਦਾ ਕਿ ਪੰਜਾਬ ਦੀ ਬੇਇੱਜ਼ਤੀ ਕਰਾਉਣ ਦੇ ਵਿੱਚ ਦਿੱਲੀ ਦੇ ਦਲਾਲ ਬਣ ਕੇ ਜੋ ਰੋਲ ਅਦਾ ਕੀਤਾ, ਇਹ ਤਾਂ ਕਦੇ ਮੈਂ ਸਮਝਦਾ ਕਿਸੇ ਦੇ ਇਤਿਹਾਸ ਕਦੇ ਮਾਫ਼ ਨਹੀਂ ਕਰੂਗਾ ਇਹਨਾਂ ਨੂੰ। ਉਹ ਕਹਿੰਦੇ ਜੀ ਅਕਾਲੀ ਦਲ ਦੇ ਜਿਹੜੇ ਲੋਕ ਸਭਾ 'ਚ ਭੇਜੇ ਨੁਮਾਇੰਦੇ ਉਦੋਂ ਕਾਲੇ ਕਾਨੂੰਨਾਂ ਦੇ ਖਿਲਾਫ਼ ਬੋਲਦੇ ਤਾਂ ਕਿਸਾਨ ਫਿਰ ਜਾਂਦੇ ਨਾ ਬਾਰਡਰਾਂ ਦੇ ਉੱਤੇ, ਲੋੜੇ ਨਾ ਪੈਂਦੇ? ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕੇਵਲ ਅਤੇ ਕੇਵਲ ਲੋਕ ਸਭਾ ਵਿੱਚ ਜੇ ਕਾਲੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸੇ ਦੀ ਵੋਟ ਪਈ ਆ ਤਾਂ ਸਿਰਫ 2 ਵੋਟਾਂ ਅਕਾਲੀਆਂ ਦੀਆਂ ਪਈਆਂ। ਦੇਸ਼ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਵੋਟ ਉਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਨਹੀਂ ਪਈ ਵੀ, ਇਹ ਰਿਕਾਰਡ ਦੀ ਗੱਲ ਆ। ਸੜਕਾਂ 'ਤੇ ਆ ਕੇ ਡਰਾਮੇਬਾਜ਼ੀ ਕਰਨੀ, ਝੂਠ ਬੋਲਣਾ, ਉਹਦੇ ਤਾਂ ਇਹ ਮਾਹਰ ਆ, ਪਰ ਲੋਕ ਸਭਾ ਦਾ ਤਾਂ ਰਿਕਾਰਡ ਬੋਲਦਾ ਨਾ, ਲੋਕ ਸਭਾ ਦੇ ਰਿਕਾਰਡ ਨੂੰ ਤਾਂ ਕੋਈ ਪਰੇ ਨਹੀਂ ਨਾ ਕਰ ਸਕਦਾ। ਕੇਵਲ 2 ਵੋਟਾਂ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਪਈਆਂ, ਰਿਕਾਰਡ ਦਾ ਹਿੱਸਾ, ਅਤੇ ਉਹ ਅਕਾਲੀ ਦਲ ਦੀਆਂ ਨੇ। ਇਹਨਾਂ ਦੇ ਸੜਕਾਂ 'ਤੇ ਕਹਿਣ ਨਾਲ ਤਾਂ ਨਹੀਂ ਬਣਦਾ, ਇਹ ਕਾਰਡ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਇਹ ਜਿਹੜਾ ਝੂਠ ਰੱਜ ਕੇ ਬੋਲਦੇ ਨੇ, ਪਹਿਲਾਂ ਚੱਲ ਰਿਹਾ ਇਹਨਾਂ ਦਾ, ਮਤਲਬ ਹੁਣ ਨਹੀਂ ਇਹ ਗੱਪਾਂ ਦਾ ਕੜਾ ਚੱਲਦਾ। ਉਹ ਕਹਿੰਦੇ ਜੀ ਅਜੇ ਵੀ ਅਲਾਇੰਸ ਹੈ ਜੀ BJP ਦੇ ਨਾਲ ਅੰਦਰ ਖਾਤੇ, ਕਹਿੰਦੇ ਵੀ ਚੰਡੀਗੜ੍ਹ ਦੀ ਸੀਟ ਨਹੀਂ ਦੇ ਸਕੇ, ਇੰਨੀ ਵੱਡੀ ਪਾਰਟੀ ਹੋਵੇ ਚੰਡੀਗੜ੍ਹ 'ਚ ਇੱਕ ਸੀਟ ਨਹੀਂ ਦੇ ਸਕੇ, ਜਿਹੜੀ ਦਿੱਤੀ ਉਹ ਮੁੱਕਰ ਗਈ ਜੀ। ਪਹਿਲੀ ਗੱਲ ਤਾਂ ਇਹ ਆ ਵੀ ਜੇ ਅਲਾਇੰਸ ਹੋਣਾ ਹੁੰਦਾ BJP ਨਾਲ ਤਾਂ ਹੁਣੀ ਨਾ ਕਰ ਲੈਂਦੇ, ਅਤੇ ਇਹ ਮਤਲਬ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ, ਸਗੋਂ ਜੇ ਅੱਜ ਕੋਈ ਕੇਂਦਰ ਦੇ ਵਿਰੁੱਧ ਲੜ ਰਿਹਾ ਤਾਂ ਕੇਵਲ ਅਕਾਲੀ ਦਲ ਲੜ ਰਿਹਾ। ਅਕਾਲੀ ਦਲ ਨੇ ਨਿਖਾਰ ਕੇ ਮੁੱਦੇ ਜਿਹੜੇ ਨੇ, ਭਾਵੇਂ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ, ਭਾਵੇਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਗੱਲ ਆ, ਅਤੇ ਭਾਵੇਂ ਪੰਜਾਬ ਦੇ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਸੰਘਰਸ਼ ਸਮੇਂ ਕੇਂਦਰ ਸਰਕਾਰ ਨੇ, ਉਹਨਾਂ ਨੂੰ ਲਾਗੂ ਕਰਾਉਣ ਦੀ ਗੱਲ ਆ, ਭਾਵੇਂ ਹੁਸੈਨੀਬਾਦ ਅਤੇ ਵਾਹਗਾ ਬਾਰਡਰ ਖਿਲਾਉਣ ਦੀ ਗੱਲ ਆ, ਜੋ ਗੱਲਾਂ ਅਸੀਂ ਦਿੱਲੀ ਦੇ ਸਾਹਮਣੇ ਰੱਖੀਆਂ ਔਰ ਦਿੱਲੀ ਨੇ ਜਿਨ੍ਹਾਂ ਗੱਲਾਂ ਕਰਕੇ ਨਾਰਾਜ਼ਗੀ ਦਿਖਾਈ ਸਾਡੇ ਨਾਲ, ਉਹਦੇ ਕਰਕੇ ਅਸੀਂ ਆਪਣੇ ਸੰਬੰਧ ਤੋੜੇ, ਉਹ ਬਾਕੀ ਪਾਰਟੀਆਂ ਤਾਂ ਉਹਦੇ ਬਾਰੇ ਬੋਲੀਆਂ ਕੁਛ ਨਹੀਂ। ਮਤਲਬ ਬਾਕੀ ਪਾਰਟੀਆਂ ਦੱਸਣ ਵੀ ਇਹਨਾਂ ਨੇ FIR ਆਪ ਛੱਜ ਤਾਂ ਬੋਲੇ, ਛੜ ਨਹੀਂ ਕੀ ਬੋਲੇ, ਜਿਹੜੇ FIR ਨਹੀਂ ਲਿਖਾ ਸਕਦੇ, ਜਿਹੜੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਸ਼ੁਭ ਕਰਨ ਮਰਿਆ ਕਿੱਥੇ ਆ, ਇਹ ਤਾਂ ਕਹਿੰਦੇ ਜੀ ਪਤਾ ਨਹੀਂ ਲੱਗ ਰਿਹਾ ਵੀ ਸ਼ੁਭ ਕਰਨ ਮਾਰਿਆ ਕਿੱਥੇ ਆ। ਦੁਨੀਆਂ ਨੂੰ ਪਤਾ ਵੀ ਅਜੇ ਵੀ ਧਰਤੀ ਲਾਲ ਹੋਈ ਪਈ ਆ ਪੰਜਾਬ ਦੀ, ਜਿੱਥੇ ਸ਼ੁਭ ਕਰਨ ਦਾ ਖੂਨ ਡੁੱਲਿਆ। ਇਹਨਾਂ ਨੇ ਇਨਕੁਆਇਰੀ ਵਾਸਤੇ SP ਜੀਂਦ ਲਾਤਾ, ਦੇਖੋ ਕਿੱਡੀ ਮੂਰਖ, ਮੈਂ ਸਮਝਦਾ ਬੁੱਧੂ ਬਣਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ, ਜਲੀਲ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ, ਸਾਡੇ ਘਰ ਆ ਕੇ ਸਾਨੂੰ ਮਾਰ ਗਏ, ਅਜੇ ਇਹ ਵੀ ਨਹੀਂ FIR ਵੀ ਨਹੀਂ ਲਿਖਾਉਣ ਨੂੰ ਤਿਆਰ, ਅਤੇ ਫਿਰ ਕਹਿੰਦੇ ਅਸੀਂ ਪੰਜਾਬ ਦੇ ਰਾਖੇ ਹਾਂ। ਮਤਲਬ ਇਸ ਤਰ੍ਹਾਂ ਫੋਕੀਆਂ ਗੱਲਾਂ ਕਰਕੇ ਨਹੀਂ ਰਾਖੇ ਬਣਿਆ ਜਾ ਸਕਦਾ, ਬੇੜਾ ਤਬਾਹ ਕਰਤਾ ਪੰਜਾਬ ਦਾ ਤਾਂ ਇਹਨਾਂ ਨੇ। ਦਿੱਲੀ ਅਸੀਂ ਤਿੰਨ ਸੀਟਾਂ ਦੇ ਉੱਤੇ ਲਿਆ ਤੇ ਵਿਧਾਨ ਸਭਾ ਦੇ ਵਿੱਚ, ਇਸੇ ਕਰਕੇ ਹੁਣ BJP ਅੱਖਾਂ ਦਿਖਾ ਰਹੀ ਆ ਸਾਹਮਣੇ ਤੋਂ, BJP ਨਾਲ ਟੁੱਟ ਕੇ ਤੁਹਾਨੂੰ ਲੱਗਦਾ ਜੀ ਤੁਹਾਡਾ ਨੁਕਸਾਨ ਹੋਊਗਾ? ਕਾਰਡ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ, ਇੱਕ ਵਾਰੀ ਝੂਠ ਦੀ ਦੁਕਾਨ ਚੱਲ ਲਈ, ਪਰ ਹੁਣ ਝੂਠ ਨੰਗਾ ਹੋ ਗਿਆ। ਹੁਣ 13-0 ਦਾ ਜੀ,
ਤੇਰਾਂ ਜੀਰੋ ਤਾਂ ਜੀਰੋ ਇਹਨਾਂ ਨੂੰ ਮਿਲੂਗੀ, ਤੇਰਾਂ ਸਾਨੂੰ ਮਿਲਣਗੀਆਂ ਜੇ ਤੇਰਾਂ ਦਾ ਜੀਰੋ ਦਾ ਜਿਹੜਾ ਦਾਅਵਾ ਕਰਦੇ ਆ, ਚਾਰ ਤਰੀਕ ਨੂੰ ਪਤਾ ਲੱਗ ਜੂ ਰਿਜ਼ਲਟ ਕੀ ਹੋਊਗਾ। ਮਾਨ ਸਾਹਿਬ ਕਹਿੰਦੇ ਜੀ ਜਿੱਦਾਂ ਮੈਂ ਜਾਣਦਾ ਜੀ ਲੋਕਾਂ ਦੇ ਵਿੱਚ ਲੋਕਾਂ ਦਾ ਉਤਸ਼ਾਹ ਇੰਨਾ ਜ਼ਿਆਦਾ, ਮੈਨੂੰ ਲੱਗਦਾ ਲੋਕ ਵਿਰੋਧੀਆਂ ਨੂੰ ਕੰਧਾਂ ਫਟਫਟ ਤੁਰਨ ਲਾ ਦੇਣਗੇ ਜੀ। ਜੇ ਮਾਨ ਸਾਹਿਬ ਦਾ ਉਤਸ਼ਾਹ ਹੁੰਦਾ ਤਾਂ ਰੋਪੜ 'ਚ ਇਹਨਾਂ ਨੂੰ ਆਊਟ ਸੋਰਸ ਵਾਲੇ ਮੁੰਡਿਆਂ ਨੂੰ ਕੁੱਟਦੇ, ਪੁਲਿਸ ਤੋਂ ਕਟਾਇਆ ਆਪਣੀਆਂ ਅੱਖਾਂ ਦੇ ਸਾਹਮਣੇ, ਕਿਸਾਨ ਮਰਾਏ ਦਿੱਲੀ ਵਾਲਿਆਂ ਤੋਂ ਅਤੇ ਜਵਾਨ ਕੁੱਟੇ ਆਪਣੀਆਂ ਅੱਖਾਂ ਦੇ ਸਾਹਮਣੇ, ਅਤੇ ਜੇ ਲੋਕ ਮਤਲਬ ਮਾੜਾ ਮੋਟਾ ਵੀ ਇਹਨਾਂ ਨੂੰ ਉਤਸ਼ਾਹ ਦਿਖਾਉਂਦੇ ਤਾਂ ਮੁਲਾਜ਼ਮਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਕਟਾਉਂਦੇ ਮਾਨ ਸਾਹਿਬ, ਅਤੇ ਥਾਂ ਥਾਂ ਦਾ ਵਿਰੋਧ ਹੋ ਰਿਹਾ, ਥਾਂ ਥਾਂ ਤਾਂ ਮੁਜ਼ਾਹਰੇ ਹੋ ਰਹੇ ਆ। ਹੁਣ ਮਾਨ ਸਾਹਿਬ ਪੁਰਾਣੀਆਂ ਗੱਲਾਂ ਭੁੱਲ ਜਾਣ, ਹੁਣ ਉਹਨਾਂ ਨੂੰ ਆਨੇ ਵਾਲੀ ਥਾਂ ਪੰਜਾਬ ਦੇ ਲੋਕ ਦਿਖਾਉਣਗੇ ਭਗਵੰਤ ਮਾਨ ਹੋਰਾਂ ਨੂੰ। ਬੇਅਦਬੀ ਦੇ ਇਨਸਾਫ ਦੀ ਗੱਲ ਆਉਂਦੀ ਹੈ ਜੀ, ਉਹਨੂੰ ਲੈ ਕੇ ਪਿੱਛੇ ਵੀ ਬਹੁਤ ਨੁਕਸਾਨ ਅਕਾਲੀ ਦਲ ਨੂੰ ਝੱਲਣਾ ਪਿਆ ਜੀ। ਗੱਲ ਜਿਹੜੀ ਆ ਇਹ ਤਾਂ ਹੁਣ ਸੱਚ ਸਾਹਮਣੇ ਹੋ ਗਿਆ, ਪਹਿਲਾਂ 5 ਸਾਲ ਜਿਹੜੇ ਕਾਂਗਰਸੀ ਰੌਲਾ ਪਾਉਂਦੇ ਸੀ, 5 ਸਾਲ ਉਹਨਾਂ ਦਾ ਰਾਜ ਰਿਹਾ, ਦੱਸੋ ਕਿਹੜੇ ਬੇਅਦਬੀ ਵਾਲੇ ਮੁਲਜ਼ਮ ਨੂੰ ਫੜਿਆ ਉਹਨਾਂ ਨੇ ਅੰਦਰ ਕੀਤਾ, ਅੱਜ 2 ਸਾਲ ਤੋਂ ਉੱਤੇ ਇਹਨਾਂ ਦਾ ਰਾਜ ਆ ਗਿਆ, ਇਹਨਾਂ ਨੇ ਦੱਸੋ ਕਿਹਨੂੰ ਫੜਿਆ। ਬਲਕਿ ਇਹਨਾਂ ਨੇ ਜਿਹੜੇ ਲੋਕਾਂ 'ਤੇ ਉਂਗਲਾਂ ਉੱਠ ਰਹੀਆਂ ਨੇ ਉਹਨਾਂ ਦੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਤਲਬ ਸਰਕਾਰੀ ਵਕੀਲ ਲਾਇਆ, ਅਤੇ ਇੱਕ ਨੂੰ ਨਾਭੇ ਜੇਲ੍ਹ ਦੇ ਵਿੱਚ ਜਿਹੜਾ ਗਵਾਹ ਸੀ ਉਹਨੂੰ ਮਰਵਾਇਆ। ਮੈਂ ਇਹ ਤਾਂ ਸਾਜ਼ਿਸ਼ ਹੁਣ ਨੰਗੀ ਹੋ ਗਈ ਵੀ ਇਹ ਬਾਦਲ ਸਾਹਿਬ ਦੇ ਰਾਜ ਵੇਲੇ ਜਿਹੜੀ CBI ਨੂੰ ਇਨਕੁਆਇਰੀ ਦੇਣ ਦੀ ਗੱਲ ਰੱਖੀ, ਅਤੇ ਤਾਂ ਕਿ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਸੀ ਗੁਨਾਹਗਾਰਾਂ ਨੂੰ ਫੜਨ ਦੇ, ਅਤੇ ਉਦੋਂ ਉਟਾਲ ਕੇ CBI ਨੂੰ ਦਵਾਤੀ ਪ੍ਰੈਸ਼ਰ ਪਾ ਕੇ, ਅਤੇ ਜਦੋਂ ਇੱਥੇ ਸਰਕਾਰ ਬਦਲ ਗਈ ਫਿਰ CBI ਤੋਂ ਵਾਪਸ ਲੈਣ ਦੀ ਗੱਲ ਕਰਤੀ, ਫਿਰ CBI ਅਤੇ ਵਿਜੀਲੈਂਸ ਆਪਸ ਵਿੱਚ ਭਿੜ ਗਈਆਂ, ਸੂਬਾ ਸਰਕਾਰ ਅਤੇ CBI ਉਲਝ ਗਏ। ਮਤਲਬ ਜਿਹੜੇ ਅਸਲੀ ਦੋਸ਼ੀ ਨੇ ਦੋਸ਼ੀਆਂ ਨੂੰ ਬਚਾਉਣ ਲਈ ਇਹ ਹਰਬੇ ਵਰਤਦੇ ਰਹੇ, ਬਲਕਿ ਅਤੇ ਹੁਣ ਇਹਨਾਂ ਕੋਲ ਰਾਜ ਆ, ਹੁਣ ਫੜ ਕੇ ਦਿਖਾਉਣ। ਇਹ ਕਿਉਂ ਨਾ ਕੀਤਾ ਇਹਨਾਂ ਨੇ ਮੁਲਜ਼ਮ ਜਿਹੜੇ ਆ ਕਟਹਿਰੇ 'ਚ ਲੰਘੇ ਕਿਉਂ ਨਹੀਂ ਕਰ ਰਹੇ? ਮਸਲੇ ਦੇ ਮੁੱਦੇ ਨੂੰ ਲੈ ਕੇ ਜੀ ਸੌਦਾ ਸਾਹਿਬ ਨੂੰ ਮਾਫੀ ਦਿਵਾਉਣ ਦੇ ਮੁੱਦੇ ਤੇ ਲੈ ਕੇ ਤੁਹਾਨੂੰ ਬੜਾ ਘੇਰਦੇ ਆ ਜੀ। ਹਾਂਜੀ ਹਾਂ, ਬਸ ਅਸੀਂ ਤਾਂ ਚਲੋ ਸਰ, ਸੋ ਮਾਫੀ ਦੇ ਮੁੱਦੇ ਦੇ ਉੱਤੇ ਜਾਂ ਨਸ਼ੇ ਦੇ ਮੁੱਦੇ ਤੇ ਤੁਹਾਨੂੰ ਬੜਾ ਘੇਰ? ਇਹ ਤਾਂ ਨਸ਼ੇ ਤਾਂ ਹੁਣ ਇਹਨਾਂ ਨੇ ਤਾਂ ਐਪ ਜਾਰੀ ਕਰਤੀ, ਤੈਨੂੰ ਪਤਾ ਹੁਣ ਐਪ ਜਾਰੀ ਆਊਗੀ ਵੀ ਮਤਲਬ ਹੋਮ ਡਿਲੀਵਰੀ ਨਸ਼ਿਆਂ ਦੀ ਕਰਤੀ ਇਹਨਾਂ ਨੇ ਤਾਂ। ਮਤਲਬ ਨਸ਼ਿਆਂ ਦਾ ਇੰਨੀ ਬਹੁਤਾਤ ਹੋ ਗਈ, ਮਤਲਬ ਘਰਾਂ ਦੇ ਵਿੱਚ ਨਸ਼ੇ ਪਹੁੰਚਾਉਣ ਲੱਗ ਗਏ। ਮਤਲਬ ਇਹੀ ਤਾਂ ਗੱਲ ਆ ਵੀ ਅੱਜ ਜਿਹੜਾ ਪੰਜਾਬ ਆ, ਪੰਜਾਬ ਦੀ ਜਵਾਨੀ ਜਿਹੜੀ ਆ ਉਹਨੂੰ ਬੁਰੀ ਤਰ੍ਹਾਂ ਇਹ ਨਿਚੋੜ ਰਹੇ ਨੇ, ਔਰ ਜਿਸ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਪੰਜਾਬ ਦਾ ਖਜ਼ਾਨਾ ਵੀ ਲੁੱਟਿਆ, ਪੰਜਾਬ ਦੀ ਜਵਾਨੀ ਵੀ ਲੁੱਟੀ, ਪੰਜਾਬ ਦੀਆਂ ਔਰਤਾਂ ਨਾਲ ਵੀ ਇਹਨਾਂ ਨੇ ਧੋਖਾ ਕੀਤਾ, ਨੌਜਵਾਨਾਂ ਨਾਲ ਵੀ ਧੋਖਾ ਕੀਤਾ, ਅਤੇ ਉਹ ਕਰਜ਼ਾ ਕਿੰਨਾ ਚੜ੍ਹਾਤਾ, ਖਜ਼ਾਨਾ ਖਾਲੀ ਆ। ਇੱਕ ਟੋਆ ਦੱਸਣ 2 ਸਾਲਾਂ 'ਚ ਕਿਸੇ ਸੜਕ ਦਾ ਭਰਿਆ ਹੋਵੇ ਇਹਨਾਂ ਨੇ, ਕਿਸੇ ਇੱਕ ਸਕੂਲ ਦੇ ਕਮਰੇ ਨੂੰ ਇੱਟ ਲਾਈ ਹੋਵੇ ਇਹਨਾਂ ਨੇ, ਕਿਸੇ ਇੱਕ ਹਸਪਤਾਲ ਦੀ ਕੰਧ ਬਣਾਈ ਹੋਵੇ ਇਹਨਾਂ ਨੇ। 40,000 ਨੌਕਰੀਆਂ ਦੀ ਗੱਲਾਂ ਹੁੰਦੀਆਂ ਜੀ, ਕਹਿੰਦੇ ਇਸ ਤੋਂ 45,000 ਨੌਕਰੀਆਂ ਤੋਂ ਅਸੀਂ RTA ਕਢਾਈ ਆ, 2500 ਸਹਾਇਕ ਲਾਈਨ ਮੈਂ ਰੱਖੇ, 753 ਬਾਹਰਲੇ ਸੂਬਿਆਂ ਦੀਆਂ, 350 JEE ਰੱਖਿਆ, 200 ਤੋਂ ਉੱਪਰਲਾ ਬਾਹਰਲੇ ਸੂਬਿਆਂ ਦਾ, 7 ਪੁਲਿਸ ਇੰਸਪੈਕਟਰ ਰੱਖੇ, 6 ਪੰਜਾਬ ਤੋਂ ਬਾਹਰਲੇ ਨੇ, 7 ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਬਣਾਏ, 6 ਬਾਹਰਲੇ, 1 ਪਟਵਾਰੀ ਰੱਖੇ ਇੱਕੋ ਪਿੰਡ ਦੇ 25, ਉਹ ਵੀ ਹਰਿਆਣੇ ਦੇ। ਮਤਲਬ ਇਹਨਾਂ ਦਾ ਜਿਹੜਾ ਅੰਦਰ ਖਾਤੇ ਪੰਜਾਬ ਵਿਰੋਧੀ ਜਿਹੜਾ ਚਿਹਰਾ ਸੀ ਉਹ ਜਗ ਜ਼ਾਹਰ ਹੋ ਗਿਆ। ਜੇ ਨੌਕਰੀਆਂ ਦਿੱਤੀਆਂ ਤਾਂ ਬਾਹਰਲਿਆਂ ਨੂੰ, ਜੇ ਚੇਅਰਮੈਨੀਆਂ ਦਿੱਤੀਆਂ ਤਾਂ ਬਾਹਰਲਿਆਂ ਨੂੰ, ਪੰਜਾਬ ਦੀਆਂ ਗੁਪਤ ਫਾਈਲਾਂ ਦੇ ਭੇਜ ਉਹ 18 ਮਹਿਕਮਿਆਂ ਦੇ ਉਹ ਦਿੱਲੀ ਦੇ ਹਵਾਲੇ ਕਰਤੇ, 1500 ਪੁਲਿਸ ਕਰਮਚਾਰੀ ਕੇਜਰੀਵਾਲ ਅਤੇ ਉਹਦੇ ਵਜ਼ੀਰਾਂ ਦੀ ਰਾਖੀ 'ਤੇ ਦਿੱਲੀ ਬੈਠਾ, ਇੱਥੇ ਇਹਨਾਂ ਦੇ MLA ਵਜ਼ੀਰਾਂ ਨੂੰ ਪੁਲਿਸ ਲੈ ਕੇ ਵਿਆਹ ਭੋਗਾਂ 'ਤੇ ਲਈ ਫਿਰਦੀ ਆ, ਥਾਣਿਆਂ 'ਚ 2 ਸਿਪਾਹੀ ਨਹੀਂ ਹੁੰਦੇ, ਇੱਥੇ ਫਰੌਤੀਆਂ ਡਕੈਤੀਆਂ ਕਤਲੋਗਾਰਤ ਪੰਜਾਬ 'ਚ ਹੋ ਰਹੀ ਆ। 85% ਇਨਵੈਸਟਰ ਪੰਜਾਬ ਦਾ, 85% ਪੰਜਾਬ ਛੱਡ ਕੇ ਭੱਜ ਗਿਆ UP ਅਤੇ ਮੱਧ ਪ੍ਰਦੇਸ਼ ਨੂੰ।
ਪੰਜਾਬ ਤਾਂ ਖਾਲੀ ਹੋ ਗਿਆ, ਜਦੋਂ ਫੈਕਟਰੀਆਂ ਭੱਜ ਜਾਣਗੀਆਂ ਤਾਂ ਫਿਰ ਟੈਕਸ ਕਿੱਥੋਂ ਆਊਗਾ, ਖਜ਼ਾਨੇ 'ਚ ਪੈਸਾ ਕਿੱਥੋਂ ਆਊਗਾ, ਫਿਰ ਕਰਜ਼ਾ ਲੈ ਕੇ ਕਿੰਨੀ ਕੁ ਦੇਰ ਇਹ ਮੁਲਾਜ਼ਮਾਂ ਨੂੰ ਤਨਖਾਹ ਦੇਈ ਜਾਣਗੇ। ਮੁੱਖ ਮੰਤਰੀ ਦੇ ਪ੍ਰੋਟੋਕੋਲ ਦੀ ਗੱਲ ਕੀਤੀ ਜਾਂਦੀ ਹੈ ਜੀ, ਤੁਸੀਂ ਸਮਝਦੇ ਹੋ ਵੀ ਤੁਹਾਡੇ ਉੱਤੇ ਵੀ ਸਵਾਲ ਇਹ ਚੁੱਕੇ ਗਏ ਸੀ ਅਤੇ ਪ੍ਰੋਟੋਕੋਲ ਦਾ ਕਿਵੇਂ ਜਦੋਂ ਗੱਲ ਆਉਂਦੀ ਹੈ ਜੀ ਵੀ ਤੁਸੀਂ ਕਿਹਾ ਵੀ ਕੁੱਟਦੇ ਜੀ ਨੌਜਵਾਨਾਂ ਨੂੰ ਫੜ ਕੇ, ਉਹ ਕਹਿੰਦੇ ਪ੍ਰੋਟੋਕੋਲ ਆ ਜੀ, ਇੱਦਾਂ ਥੋੜ੍ਹੇ ਕਿਤੇ ਝੰਡੇ ਦਿਖਾ ਦੇਣੇ, ਕੋਈ ਗੱਲ ਹੁੰਦੀ, ਕੋਈ ਸਮਾਂ ਹੁੰਦਾ ਉੱਥੇ ਆਓ ਭਾਈ। ਮੁੱਖ ਮੰਤਰੀ ਦਾ ਇਹ ਪ੍ਰੋਟੋਕੋਲ ਆ ਵੀ ਕੋਈ ਕੋਈ ਮੁਲਾਜ਼ਮ ਉਹਨਾਂ ਨੂੰ ਆਪਣੀ ਗੱਲ ਕਹਿਣ ਲਈ ਕਰਜ਼ੀ ਲੈ ਕੇ ਜਾ ਰਹੇ ਨੇ, ਵੀ ਮੁੱਖ ਮੰਤਰੀ ਕਹੇ ਵੀ ਇਹਨਾਂ ਦੇ ਡੰਡੇ ਮਾਰੋ, ਇਹਨਾਂ ਦਾ ਮੂੰਹ ਬੰਦ ਕਰੋ, ਇਹ ਤਾਂ ਮੁੱਖ ਮੰਤਰੀ ਦਾ ਪ੍ਰੋਟੋਕੋਲ ਹੀ ਨਾ ਹੈ। ਅਤੇ ਮੁੱਖ ਮੰਤਰੀ ਸਾਹਿਬ ਮਿਲਦੇ ਕਿਸੇ ਨੂੰ ਹੈ ਨਹੀਂ, ਅਤੇ ਇਸੇ ਕਰਕੇ ਜਾਂ ਮਿਲਦੇ ਨਹੀਂ ਤਾਂ ਫਿਰ ਜੇ ਇੱਥੇ ਸੜਕ 'ਤੇ ਟੱਕਰ ਗਏ ਤਾਂ ਉਹਨਾਂ ਨੇ ਇੱਕ ਅਰਜ਼ੀ ਦੇਣੀ ਸੀ, ਉਹਦੀ ਅਰਜ਼ੀ ਲੈਣ ਤੋਂ ਇਨਕਾਰ ਕਰਤਾ। ਤੁਸੀਂ ਹਿੰਦ ਪੰਜਾਬ ਦੇ ਜੰਗ ਦੀ ਗੱਲ ਆਪਣੀ ਲਿਖੀ ਹੈ ਜੀ ਕਿ ਹਿੰਦ ਪੰਜਾਬ ਦੀ ਜੰਗ ਹੋਊਗੀ, ਇਹ ਕਿੱਦਾਂ ਦੀ ਜੰਗ ਹੋਊਗੀ ਜੀ? ਇਹ ਇੱਕ ਜੰਗ ਇਹ ਵੀ ਆਉਂਦੀ ਵੀ ਇਹ ਜਿਹੜੀ ਅੱਜ ਇਹ ਲੜਾਈ ਆ ਨਾ ਲੋਕ ਸਭਾ ਦੀ, ਇਹ ਹਿੰਦ ਪੰਜਾਬ ਦੀ ਆ, ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ। ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਮਸਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਦਿੱਲੀ ਨਾਲ ਸਿੰਘ ਪਸਾਇਆ, ਦਿੱਲੀ ਨਾਲ ਟੱਕਰ ਲਈ ਆ। ਆ ਤੁਹਾਨੂੰ ਦੱਸਿਆ ਸੀ ਨਾ, ਅਸੀਂ ਕਿਹਾ ਸੀ ਜੇ ਪੰਜਾਬ ਨੂੰ ਬਚਾਉਣਾ ਤਾਂ ਹੁਸੈਨੀਬਾਦ ਅਤੇ ਵਾਹਗਾ ਬਾਰਡਰ ਰਾਹੀਂ ਵਪਾਰ ਖਿਲਾਓ, ਹੁਣ ਸਮੁੰਦਰ ਰਾਹੀਂ ਤਾਂ ਹਜ਼ਾਰਾਂ ਚੀਜ਼ਾਂ ਜਾਂਦੀਆਂ, ਬੰਦਰਗਾਹ ਰਾਹੀਂ ਅਤੇ ਸੜਕ ਰਾਹੀਂ ਕਹਿੰਦੇ ਕੋਈ ਚੀਜ਼ ਜਾ ਨਹੀਂ ਸਕਦੀ, ਉੱਥੇ ਰੋਕ ਲਾਤੀ। ਅਤੇ ਜੇ ਅੱਜ ਵਾਹਗਾ ਅਤੇ ਹੁਸੈਨੀ ਵਾਲਾ ਬਾਰਡਰ ਖੁੱਲ੍ਹ ਜਾਣ ਵਪਾਰ ਲਈ ਤਾਂ ਇਹ ਖਿੱਤਾ ਸਭ ਤੋਂ ਅਮੀਰ ਖਿੱਤਾ ਬਣ ਸਕਦਾ, ਹਿੰਦੁਸਤਾਨ ਦੇ ਸਭ ਤੋਂ ਵੱਧ ਕਾਰੋਬਾਰੀ ਵਪਾਰੀ ਇੱਥੇ ਆਉਣਗੇ, ਇੱਥੇ 100-100 ਗੁਣਾ ਕੀਮਤਾਂ ਵਧਣਗੀਆਂ ਜ਼ਮੀਨਾਂ ਦੀਆਂ, ਦੁਕਾਨਾਂ ਦੀਆਂ। ਆਹ ਜਿਹੜੇ ਨੌਜਵਾਨ ਜਾ ਰਹੇ ਨੇ ਕੈਨੇਡਾ ਅਮਰੀਕਾ, ਉਹ ਇੱਥੇ ਹੀ ਰਹਿਣਗੇ, ਉਹਨਾਂ ਨੂੰ ਕੋਈ ਟਰਾਂਸਪੋਰਟ ਦਾ ਕੰਮ ਮਿਲੂ, ਕਿਸੇ ਨੂੰ ਹੈਂਡਲਿੰਗ ਦਾ ਕੰਮ ਮਿਲੂ, ਕਿਸੇ ਨੂੰ ਲੋਡਿੰਗ ਦਾ ਕੰਮ ਮਿਲੂ, ਕਿਸੇ ਨੂੰ ਅਨਲੋਡਿੰਗ ਦਾ ਕੰਮ ਮਿਲੂ, ਕੋਈ ਟੈਕਸੀ ਵਾਲਾ ਹੋਊ, ਕੋਈ ਚਾਹ ਵਾਲਾ ਹੋਊ, ਕੋਈ ਰੈਸਟੋਰੈਂਟ ਚੱਲਣਗੇ। ਸੋ ਮੇਰਾ ਮਤਲਬ ਵੀ ਪੰਜਾਬ ਦੇ ਬੱਚਿਆਂ ਨੂੰ ਅੱਜ ਸਭ ਤੋਂ ਵੱਡੀ ਚਿੰਤਾ ਆ, ਮਾਂ ਬਿਮਾਰ ਪਈ ਹੁੰਦੀ ਆ, ਬਾਪ ਤਾਂ ਤੁਰਿਆ ਨਹੀਂ ਜਾਂਦਾ, ਭੈਣ ਵਿਆਹੁਣ ਵਾਲੀ ਹੁੰਦੀ ਆ, ਮੁੰਡਾ ਕੈਨੇਡਾ ਅਮਰੀਕਾ ਚਲਿਆ ਜਾਂਦਾ, ਜ਼ਮੀਨ ਵੇਚ ਕੇ, ਦੁਕਾਨ ਵੇਚ ਕੇ, ਪੰਜਾਬ ਤਾਂ ਖਾਲੀ ਹੋ ਗਿਆ। ਅੱਜ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਆਪਣੇ ਮਾਂ ਬਾਪ ਦਾ ਸਹਾਰਾ ਬਣਾਈਏ। ਅਤੇ ਅਸੀਂ ਇਹ ਮੰਗ ਰੱਖੀ ਆ ਵੀ ਤੁਸੀਂ ਵਾਹਗਾ ਅਤੇ ਹੁਸੈਨੀ ਵਾਲਾ ਬਾਰਡਰ ਖੋਲ੍ਹ ਦਿਓ, ਦਿੱਲੀ ਵਾਲੇ ਉਹ ਨਹੀਂ ਮੰਨਣ ਤਿਆਰ, ਜੇ ਸਾਡੀ ਲੜਾਈ ਇਸ ਗੱਲ 'ਤੇ ਹੋਈ ਆ। ਫਿਰ ਕਿਸਾਨਾਂ ਨਾਲ ਤੁਸੀਂ ਵਾਅਦਾ ਕਰ ਲਿਆ, ਅਤੇ ਉਹ ਵਾਅਦਾ ਤਾਂ ਜਿਹੜਾ ਵਾਅਦਾ ਕਰ ਲਿਆ ਫਿਰ ਉਹ 'ਤੇ ਲਾਗੂ ਕਰੋ। ਪ੍ਰਧਾਨ ਮੰਤਰੀ ਜੀ ਨੇ ਨੋਟੀਫਿਕੇਸ਼ਨ ਜਾਰੀ ਕਰਾਇਆ ਸਰਕਾਰ ਨੇ ਵੀ ਭਾਈ ਰਾਜੋਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਦੇ ਕੈਦ ਦੇ ਵਿੱਚ ਟ੍ਰਾਂਸਫਰ ਕਰਦੇ ਹਾਂ ਅਸੀਂ, ਅਤੇ ਉਹ ਲਾਗੂ ਨਹੀਂ ਕਰ ਰਹੇ। ਮਤਲਬ ਸਾਡਾ ਜੇ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਆ ਜਿਹੜਾ, ਉਹਦਾ ਵੀ ਸਿੱਖ ਮਸਲਿਆਂ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਬਿਨਾਂ ਐਸ ਜੀ ਪੀ ਸੀ ਦੇ ਸਲਾਹ ਤੋਂ ਨਹੀਂ ਹੋ ਸਕਦੀ, ਅਤੇ ਲੈ ਇਸ ਗੱਲ ਦਾ ਹੀ ਗੁੱਸਾ ਕਰ ਲਿਆ। ਸੋ ਮੇਰਾ ਮਤਲਬ ਇਹ ਆ ਵੀ ਅੱਜ ਤਾਂ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਸੀ ਵੀ ਜਿਹੜੀ ਇਹ ਲੜਾਈ ਆ ਪੰਜਾਬ ਵਰਸਸ ਦਿੱਲੀ ਆ, ਅਤੇ ਜਦੋਂ ਵੀ ਪੰਜਾਬ ਅਤੇ ਦਿੱਲੀ ਦੀ ਲੜਾਈ ਆਪਸ ਵਿੱਚ ਹੋਈ ਤਾਂ ਹਮੇਸ਼ਾ ਪੰਜਾਬ ਦੀ ਜਿੱਤ ਹੋਈ। ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਪਹਿਲਾਂ BJP ਸੀ ਤੁਹਾਡੇ ਨਾਲ, BSP ਸੀ ਜੀ, ਹੁਣ ਸਾਡੇ ਨਾਲ ਸਾਰਾ ਪੰਜਾਬ ਆ। ਹੁਣ ਜਿਹਨਾਂ ਨੂੰ ਪੰਜਾਬ ਅਤੇ ਪੰਜਾਬੀ ਦਾ ਧਿਆਨ ਆ, ਜਿਹਨਾਂ ਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਖਾਧਾ ਪੀਤਾ, ਪੰਜਾਬ 'ਚ ਹੰਢਾਇਆ, ਉਹ ਕਿਸੇ ਪਾਰਟੀ ਦਾ ਹੋਵੇ ਸਾਨੂੰ ਵੀ ਵਿਸ਼ਵਾਸ ਆ ਉਹ ਅਕਾਲੀ ਦਲ ਨਾਲ ਖੜੇਗਾ। ਅਤੇ ਹੁਣ ਨੌਜਵਾਨਾਂ ਦੇ ਉੱਤੇ NSA ਲੱਗੀ, ਬੜਾ ਚਰਚਾ ਵਿੱਚ ਆ ਜੀ ਇਹ ਮੁੱਦਾ, ਇਹਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ, ਨੌਜਵਾਨਾਂ ਨਾਲ ਜਿਹੜੀ NSA ਬੜਾ ਗਲਤ ਆ, ਔਰ ਜਿਹੜਾ ਇਹ ਮਨੁੱਖੀ ਹੱਕਾਂ ਦਾ ਘਾਣ ਆ, ਔਰ ਮੈਂ ਸਮਝਦਾ ਜਿਹਨੇ ਪਿੰਡੇ 'ਤੇ ਦਰਦ ਹੰਢਾਇਆ ਹੋਵੇ ਉਹਨੂੰ ਪਤਾ ਹੁੰਦਾ NSA ਦੀ ਕੀ ਤਕਲੀਫ ਆ। ਹੁਣ ਮੈਨੂੰ ਪਤਾ, ਮੇਰੇ 'ਤੇ ਦੋ ਵਾਰੀ NSA ਲੱਗਿਆ, ਟੌੜਾ ਸਾਹਿਬ ਅਤੇ ਬਾਦਲ ਸਾਹਿਬ ਤੋਂ ਬਾਅਦ ਜੇ ਕਿਸੇ 'ਤੇ NSA ਲੱਗਿਆ ਦੋ ਵਾਰ ਲਗਾਤਾਰ ਮੇਰੇ 'ਤੇ ਲੱਗਿਆ, ਅਤੇ ਮੇਰਾ NSA ਪੀਰੀਅਡ ਪੂਰਾ ਹੋ ਗਿਆ, ਮੈਨੂੰ ਰਿਹਾ ਕਰਤਾ, 15 ਦਿਨਾਂ ਬਾਅਦ ਮੇਰੇ 'ਤੇ ਦੁਬਾਰਾ ਲਾਤਾ, ਮੈਨੂੰ ਪਤਾ ਕਿੰਨੀ ਤਕਲੀਫ ਹੁੰਦੀ ਆ। ਔਰ ਮੈਂ ਇਹ ਕਹਿ ਸਕਦਾ ਵੀ ਅੱਜ ਜਿਹੜੀ ਇਹ ਜਾਤੀ ਕਰ ਰਹੀ ਆ ਪੰਜਾਬ ਦੀ ਸਰਕਾਰ, NSA ਤਾਂ ਲਾਇਆ ਸਾਡੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਪਹੁੰਚਾਤਾ, ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਤਾ, ਔਰ ਮੇਰਾ ਖਿਆਲ ਆ ਕਮ ਸੇ ਕਮ 2.5 ਦਰਜਨ ਤੋਂ ਵੱਧ ਹੋਰ ਨੌਜਵਾਨ NSA ਦੇ ਹੁੰਦੇ,
ਜੇ ਜਦੋਂ ਅੰਮ੍ਰਿਤਪਾਲ ਨੂੰ ਲੈ ਕੇ ਗਏ ਹਾਂ ਦਿਬਰੂਗੜ੍ਹ ਜੇਲ੍ਹ, ਜੇ ਅਸੀਂ ਰੌਲਾ ਪਾ ਕੇ ਨਵਾਂ ਸ਼ਹਿਰ ਦੇ ਡੀ ਸੀ ਨੂੰ, ਪਟਿਆਲੇ ਦੇ ਡੀ ਆਈ ਜੀ ਨੂੰ ਨਾ ਮਿਲ ਕੇ ਰੌਲਾ ਪਾਉਂਦੇ ਤਾਂ ਬਹੁਤ ਸਾਰੇ ਨੌਜਵਾਨਾਂ ਅਤੇ ਹੋਰ ਨਸ਼ੇ ਲਾ ਦੇਣਾ ਸੀ। ਇਹ ਇੰਨਾ ਜਾਤੀ ਇੰਨਾ ਧੱਕਾ ਜਿਹੜਾ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਹਦੇ ਵਿਰੁੱਧ ਜੇ ਕੋਈ ਲੜਦਾ ਤਾਂ ਅਕਾਲੀ ਦਲ ਹੀ ਲੜਦਾ। ਦੂਜੀਆਂ ਪਾਰਟੀਆਂ ਦਾ ਅੱਖਾਂ ਮੀਚ ਕੇ ਇਹ ਜ਼ੁਲਮ ਅਨਿਆਂ ਜਰਦੀਆਂ ਰਹਿੰਦੀਆਂ ਨੇ, ਕਰਾਉਂਦੀਆਂ ਰਹਿੰਦੀਆਂ ਨੇ। ਬਲਟੋਹਾ ਸਾਹਿਬ ਬਾਰੇ ਲੋਕ ਕਹਿੰਦੇ ਫਿਰ ਉਹ ਸੀਟ ਕਦੋਂ ਨਹੀਂ ਛੱਡ ਦਿੰਦੇ ਜੀ, ਜੇ ਤੁਸੀਂ ਹੱਕ ਦੇ ਵਿੱਚ ਹੀ ਹੋ ਅੰਮ੍ਰਿਤਪਾਲ ਹੋਰਾਂ ਦੇ? ਉਹਦੇ ਗੱਲ ਜਿਹੜੀ ਹੈ ਨਾ, ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਿਸਟਮ ਹੁੰਦਾ ਉਹਦੇ 'ਚ ਥੋੜ੍ਹਾ ਜਿਹਾ ਜੇ ਸਹੀ ਮਹੀਨਿਆਂ ਦੇ ਵਿੱਚ ਪਹਿਲਾਂ ਅੰਮ੍ਰਿਤਪਾਲ ਹੋਰਾਂ ਦੇ ਮਾਤਾ ਜੀ ਨੇ ਜਿਵੇਂ ਕਹਿਤਾ ਸੀ ਵੀ ਨਹੀਂ ਲੜਦਾ, ਅਤੇ ਉਦੋਂ ਪਾਰਟੀ ਵੱਲੋਂ ਸਾਡੇ ਬਲਟੋਹਾ ਸਾਹਿਬ ਨੂੰ ਐਲਾਨ ਕਰਤਾ, ਅਤੇ ਉਹ ਤੋਂ ਬਾਅਦ ਕੀ ਹੋਈ ਗੱਲ ਉਹਦੇ ਮੈਨੂੰ ਪਤਾ ਨਹੀਂ। ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਬਿਲਕੁਲ, ਲੋਕ ਸਭਾ ਚੋਣਾਂ 2024 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਅਕਾਲੀ ਦਲ ਦੇ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ। ਸੋ ਉਹਨਾਂ ਨੇ ਜੋ ਸਵਾਲ ਲੋਕਾਂ ਵੱਲੋਂ ਕੀਤੇ ਜਾਂਦੇ ਸੀ ਉਹਨਾਂ ਦੇ ਤੱਕ ਅਸੀਂ ਲੈ ਕੇ ਆਏ ਹਾਂ, ਅਤੇ ਉਹਨਾਂ ਵੱਲੋਂ ਜੋ ਜਵਾਬ ਦਿੱਤੇ ਗਏ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।